17 ਸਾਲਾਂ ਬਾਅਦ ਅਮਰੀਕਾ ਤੋਂ ਵਤਨ ਪਰਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਔਲਖ ਕਲਾਂ ਦੇ ਅਮਰੀਕ ਸਿੰਘ ਦੇ ਵਿਆਹ ਨੂੰ ਅਜੇ ਇੱਕ ਮਹੀਨਾ ਹੀ ਹੋਇਆ ਸੀ ਕਿ ਅਮਰੀਕ ਸਿੰਘ ਤੇ ਉਸਦੀ ਭਰਜਾਈ ਦੇ ਵੱਲੋਂ ਬਲਾਤਕਾਰ ਦੀ ਕੋਸ਼ਿਸ਼, ਮਾਰਕੁੱਟ ਕਰਕੇ ਬੰਦੀ ਬਣਾਉਣ ਅਤੇ ਅੰਮ੍ਰਿਤਧਾਰੀ ਬੱਚਿਆਂ ਦੇ ਕਕਾਰਾਂ ਦੀ ਬੇਅਦਬੀ ਦੇ ਆਰੋਪ ਲਗਾਉਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੇ ਖਿਲਾਫ਼ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। ਵਾਇਰਲ ਵੀਡੀਓ ਦੇ ਵਿੱਚ ਮਦਦ ਦੀ ਗੁਹਾਰ ਲਗਾ ਰਹੀ ਪੀੜਤ ਮਹਿਲਾ ਦੇ ਹਾਲਾਤਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਸ਼ਿਕਾਰ ਹੋਈ ਮਹਿਲਾ ਬੱਚਿਆਂ ਸਮੇਤ ਪਰੇਸ਼ਾਨ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਔਲਖ ਕਲਾਂ ਦੀ ਮਹਿਲਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਜੇਠ ਅਮਰੀਕ ਸਿੰਘ 17 ਸਾਲਾਂ ਬਾਅਦ ਅਮਰੀਕਾ ਤੋਂ ਘਰ ਵਾਪਸ ਪਰਤਿਆ ਅਤੇ ਅਕਸਰ ਉਸ ਉੱਪਰ ਮਾੜੀ ਨਜ਼ਰ ਰੱਖਦਾ ਸੀ। ਪੁਲਿਸ ਮੁਤਾਬਕ ਪੀੜਤ ਮਹਿਲਾ ਸੁਖਵਿੰਦਰ ਕੌਰ ਨੂੰ ਦੋਸ਼ੀ ਅਮਰੀਕ ਸਿੰਘ ਦੇ ਚੁੰਗਲ ਦੇ ਵਿੱਚੋਂ ਪੁਲਿਸ ਹੀ ਛੁਡਾ ਕੇ ਲੈ ਕੇ ਆਈ ਹੈ ਅਤੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ 23 ਜਨਵਰੀ ਨੂੰ ਮੁਕੱਦਮਾ ਨੰਬਰ 12 ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ IPC ਦੀ ਧਾਰਾ 323, 341, 354, 506, 295, 34 ਦੇ ਤਹਿਤ ਦਰਜ ਕਰਕੇ ਦੋਸ਼ੀ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜੀ ਮੇਰੇ ਜਿਹੜੇ ਤਾਇਆ ਜੀ ਬਾਹਰੋਂ ਆਏ ਹੋਏ ਸੀਗੇ ਅਤੇ ਉਹਨਾਂ ਮੈਨੂੰ ਅੰਮ੍ਰਿਤ ਭੰਗ ਕਰਨ ਦੀ ਕੋਸ਼ਿਸ਼ ਕਰਾਈ ਮੇਰੀ, ਮਤਲਬ ਮੇਰੇ ਤੋਂ ਮੀਟ ਸ਼ਰਾਬਾਂ ਮੰਗਾਈਆਂ ਜਿਹੜੇ ਅੰਮ੍ਰਿਤਧਾਰੀ ਬੱਚੇ ਨੂੰ ਨਹੀਂ ਸ਼ੋਭਾ ਦਿੰਦੀਆਂ, ਅਤੇ ਮੇਰੇ ਕੋਲ ਹੋਰ ਵੀ ਇੱਦਾਂ ਦੇ ਕੰਮ ਕਰੇ ਵੀ ਜਿਹੜੇ ਕੋਈ ਅਮਲੀਆਂ ਵਾਂਗੂ ਸ਼ਰਾਬੀਆਂ ਵਾਂਗੂ ਕਹਿੰਦੇ ਵੀ ਤੂੰ ਅੰਮ੍ਰਿਤ ਜਿਹੜਾ ਛਕਿਆ ਨਾ ਛਕ, ਆਪਾਂ ਸਾਰੇ ਜਿਹੜੇ ਟੱਬਰ ਆਪਣਾ ਵੀ ਜਿਹੜਾ ਸ਼ਰਾਬ ਮੀਟ ਖਾਂਦੇ ਪੀਂਦੇ ਆ, ਅਤੇ ਤੂੰ ਆਪਣਾ ਸ਼੍ਰੀ ਸਾਹਿਬ ਲਾ ਦੇ ਅਤੇ ਤੂੰ ਵਾ ਕੇਸ ਕੂਸ ਕਟਾ, ਮਤਲਬ ਵੀ ਤੂੰ ਸ਼੍ਰੀ ਸਾਹਿਬ ਆਪਣਾ ਭੰਗ ਕਰ ਦੇ। ਮੇਰਾ ਬੜੀ ਵਾਰੀ ਉਹਨੇ ਅੰਮ੍ਰਿਤ ਭੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਫਿਰ ਵੀ ਹਰ ਵਾਰੀ ਵੱਜਦਾ ਰਿਹਾ, ਪਰ ਅਖੀਰਕਾਰ ਜਦੋਂ ਮੈਂ ਉਹਦੀ ਨਹੀਂ ਮੰਨੀ ਤਾਂ ਉਹਨੇ ਮੈਨੂੰ ਕੁੱਟਿਆ ਅਤੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਮੇਰੇ ਕਕਾਰਾਂ ਦੀ ਬੇਅਦਬੀ ਕੀਤੀ। ਸ਼ੁਰੂ ਤੋਂ ਉਹਦੀ ਮੇਰੀ ਮੰਮੀ 'ਤੇ ਬੁਰੀ ਨਜ਼ਰ ਸੀਗੀ ਅਤੇ ਜਦੋਂ ਮੈਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਕਈ ਵਾਰ ਝਿੜਕਦਾ ਮਾਰਦਾ, ਅਤੇ ਪਰ ਉਦੋਂ ਤਾਂ ਉਹਨੂੰ ਜ਼ਿਆਦਾ ਹੀ ਗੁੱਸਾ ਸੀਗਾ ਕਿ ਉਹਦੀ ਬੁਰੀ ਨਜ਼ਰ ਸੀਗੀ, ਤਾਂ ਮੰਮੀ ਨਾਲ ਕਮਰੇ 'ਚ ਇੱਦਾਂ ਜ਼ੋਰ ਜ਼ਬਰਦਸਤੀ ਕਰਨ ਜਾ ਚਾਹੁੰਦਾ ਸੀਗਾ। ਮੈਂ ਹਟਾਇਆ ਅਤੇ ਉਹਨੇ ਅਖੀਰਕਾਰ ਮੈਨੂੰ ਕੁੱਟਿਆ, ਮੇਰੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਸੀ। ਇੱਕ ਸ਼ਿਕਾਇਤ ਮੇਰੇ ਕੋਲ ਆਈ ਸੀ ਸੁਖਵਿੰਦਰ ਕੌਰ, ਪਤਨੀ ਹਰਕਮਲ ਸਿੰਘ, ਪੁੱਤਰ ਦਰਸ਼ਨ ਸਿੰਘ, ਵਾਸੀ ਔਲ ਕਲਾਂ ਦੀ। ਉਹਨੇ ਕਿਹਾ ਸੀ ਵੀ ਮੇਰਾ ਜੇਠ ਨੇ ਮੈਨੂੰ ਬੰਦੀ ਬਣਾਇਆ ਅਤੇ ਜਠਾਣੀ ਨੇ ਬੰਦੀ ਬਣਾਇਆ। ਮੈਂ ਜਿਹੜਾ ਇਹਦੇ ਭਰਾ ਨੂੰ ਨਾਲ ਲੈ ਕੇ ਮੌਕੇ 'ਤੇ ਗਿਆ, ਫਿਰ ਮੈਂ ਦੇਖਿਆ ਠੀਕ ਜਨਾਨੀ ਦੇ ਜੇ ਸੱਟ ਲੱਗੀ ਸੀ, ਅਤੇ ਮੈਂ ਉਹਦਾ ਬਿਆਨ ਲਿਖ ਕੇ ਮਿਤੀ 23/18 ਨੂੰ ਮੁਕੱਦਮਾ ਦਰਜ ਕਰਤਾ ਸੀ। ਜਿਹੜੀ ਜਿਹੜੀਆਂ ਬਣਦੀਆਂ ਸੀ ਉਹਦੇ ਤਹਿਤ ਜਿਹੜਾ ਮੁਕੱਦਮਾ ਦਰਜ ਕਰਤਾ ਸੀ, ਅਤੇ ਕੱਲ੍ਹ ਦੋਸ਼ੀ ਨੂੰ ਮੁਕਬਰ ਵੱਲੋਂ ਦੱਸੀ ਹੋਈ ਜਗ੍ਹਾ ਹਰਚੋਲ ਅੱਡੇ ਤੋਂ ਜਿਹੜਾ ਮੈਂ ਗ੍ਰਿਫਤਾਰ ਕਰ ਲਿਆ। ਅੱਜ ਜਿਹੜਾ ਮਾਨਯੋਗ ਕੋਰਟ ਵਿੱਚ ਜਿਹੜਾ ਪੇਸ਼ ਕੀਤਾ ਜਾ ਰਿਹਾ ਅਤੇ ਜੋ ਕੋਰਟ ਹੁਕਮ ਫਰਮਾਏ ਉਹ ਕਾਰਵਾਈ ਗਾਂ ਅਮਲ ਵਿੱਚ ਲਿਆਂਦੀ ਜਾਏਗੀ। ਗੁਰਦਾਸਪੁਰ ਤੋਂ ਰਛਪਾਲ ਸਿੰਘ ਦੀ ਰਿਪੋਰਟ, KTV।